बहुत टाइम हो गया यार, फिर डॉक्टर जाके ना। ओ ले आया रोटी, मैं डॉक्टर भी जाना। ओ खड़ जो आनी है, हुन इन्नी भी करी की होगी। तुसी मेरे इन्नी काली मचा देने, लेके आता नहीं सी मैं रोटी। ओ यार फिर बंदे नु आप भी चाहिए ना, ਵੀ ਮੈਂ ਕੰਮ ਕਰਤੇ ਆਣਾ ਹੁੰਦਾ ਯਾਰਾ, ਰੋਟੀ ਪਾਣੀ ਤੇ ਤੈਨੂੰ ਟਾਈਮ ਨਾਲ ਬਣਾਉਣਾ ਚਾਹੀਦਾ। ਉਹ ਮੈਂ ਦੱਸੋ ਕੀ ਕਰਾਂ, ਇਕੱਲੇ ਹੈਗੇ ਸਾਰੇ ਘਰ ਦੇ ਕੰਮ ਮੈਂ ਹੀ ਦੇਖਣ ਹੁੰਦੇ ਨੇ, ਨਾਲੇ ਮੁੰਡੇ ਨੂੰ ਹੁਣ ਮਸਾ ਤਿਆਰ ਕਰਕੇ ਹਟੀ ਆ, ਅੱਜ ਉਹਦੀ ਵੈਨ ਲੰਘ ਗਈ ਨਾਲੇ। ਚਲ ਵੈਨ ਤਾਂ ਲੰਘ ਗਈ, ਬੈਠ ਤੂੰ ਵੀ, ਰੋਟੀ ਖਾ ਲਈ ਤੂੰ? ਉਹ ਮੈਂ ਤਾਂ ਆਪ ਹੀ ਖਾ ਲਵਾਂ, ਤੁਸੀਂ ਮੇਰੀ ਰੋਟੀ ਦੀ ਫਿਕਰ ਨਾ ਕਰਿਆ ਕਰੋ, ਤੁਸੀਂ ਆਪ ਖਾ ਲਓ ਬਸ। ਕੋਈ ਆਪ ਤਾਂ ਖਾ ਲੇਗੀ, ਸਾਨੂੰ ਤਾਂ ਬਣਾ ਕੇ ਦਿੰਦੇ ਨੇ ਰੋਟੀ ਪਾਣੀ, ਮਤਲਬ ਤਾਂ ਆਪ ਹੀ ਟਾਈਮ ਨਾਲ ਖਾ ਲਿਆ ਕਰ ਤੂੰ। ਉਹ ਕੁਛ ਨਹੀਂ ਹੁੰਦਾ ਜੀ, ਬਸ ਮੈਂ ਤਾਂ ਨਾ ਘਰ ਦੀ ਟੈਨਸ਼ਨ ਹੀ ਮਾਰ ਰੱਖਦੀਆਂ ਨੇ। ਉਹ ਟੈਨਸ਼ਨਾਂ ਨੇ ਕਦੇ ਬੰਦੇ ਦਾ ਸਾਥ ਛੱਡਿਆ? ਇਹ ਤਾਂ ਆਪਣਾ ਬੰਦੇ ਦਾ ਉਦੋਂ ਸਾਥ ਛੱਡਦੀ ਨੇ ਜਦੋਂ ਬੰਦਾ ਮਰ ਜਾਂਦਾ, ਐਵੇਂ ਵਾਧੂ ਟੈਨਸ਼ਨ ਨਹੀਂ ਲਿਆ ਕਰਦੀ, ਟੈਨਸ਼ਨ ਲੈ ਕੇ ਬੰਦਾ ਵੀ ਕੀ ਹੈ ਬੰਦੇ ਦਾ? ਫਿਰ ਹੁੰਦੇ ਟੈਨਸ਼ਨ ਤਾਂ ਮਰ ਕੇ ਛੁਟਕਾਰਾ ਹੋ ਮੈਨੂੰ ਲੱਗਦਾ ਮੇਰਾ। ਲਾਲਾ ਪਰ ਬਿਜਲੀ ਨੂੰ ਹੱਥ ਉਹ ਲੈ ਪੈ ਗਏ ਤਾਰ। ਬਸ ਕਰੋ ਤੁਸੀਂ ਜੀ, ਮੈਂ ਕਹਿ ਰਹੀ ਸੀ ਮਕਾਨ ਮਾਲਕ ਦਾ ਫਿਰ ਫੋਨ ਆਇਆ ਸੀਗਾ, ਦੇਖਿਓ 4-5 ਵਾਰੀ ਗੇੜਾ ਮਾਰ ਗਏ, ਕਿਰਾਇਆ ਦੇ ਦਿਓ ਨਾ, ਕਰੋ ਗੱਲ ਦਫ਼ਤਰ ਜਾ ਕੇ। ਉਹ ਕਿਰਾਇਆ ਕਿੰਨੇ ਦੀ ਹੈ ਯਾਰ? ਹੁਣ ਤੈਨੂੰ ਵੀ ਪਤਾ 100 ਕੁ ਬਿਲਦਾਰੀਆਂ ਨੇ, ਨਾਲੇ ਮੈਂ ਕਿਹਾ ਸੀ ਮਾਲਕ ਨੂੰ ਵੀ ਮੇਰੀ ਹੁਣ ਦੇ ਦਿਓ ਕੋਈ ਤਨਖਾਹ, ਤੁਸੀਂ ਮਕਾਨ ਦਾ ਮੈਂ ਨਹੀਂ ਕਿਰਾਇਆ ਦੇਣਾ। ਉਹ ਵੀ ਅੱਗੇ ਲਾਲਚ ਲਾਉਣ ਲੱਗ ਜਾਂਦੇ ਨੇ ਵੀ ਇੱਕ ਦਿਨ ਖੜ ਜਾ, ਦੋ ਦਿਨ ਖੜ ਜਾ। ਮੈਂ ਸੱਚ ਪੁੱਛੇ ਜੀ ਕਰਦਾ ਨੌਕਰੀ ਛੱਡੇ ਦੇਵਾਂ, ਬਸ ਤੁਹਾਡੇ ਮੂੰਹ ਨੂੰ ਦੇਖ ਕੇ ਚੁੱਪ ਹੋਣਾ ਪੈਂਦਾ। ਜੇ ਨੌਕਰੀ ਛੱਡਤੀ ਫਿਰ ਦੱਸ ਆਪਾਂ ਕੀ ਕਰਾਂਗੇ? ਉਹ ਤਾਂ ਹੀ ਕਰੀ ਜਾਂਦਾ ਯਾਰ ਮੁੱਖਾ ਸੁੱਖਾ। ਜੀ ਜੇ ਮੈਂ ਕੋਈ ਨੌਕਰੀ ਵਗੈਰਾ ਦੇਖ ਲਾਂ? ਕੀ ਗੱਲ, ਮੈਂ ਮਰ ਗਿਆ? ਤੁਸੀਂ ਆ ਕਾਹਤੋਂ ਗੱਲਾਂ ਕਰਦੇ ਹੋ, ਮੈਨੂੰ ਐਂ ਵੀ ਬਸ ਮਾੜਾ ਮਾੜਾ ਤੁਹਾਨੂੰ ਸਹਾਰਾ ਲੱਗ ਜੂਗਾ, ਤੁਸੀਂ ਕਰ ਲਿਆ ਸਾਰੇ ਸਿਰ ਦਰਦੀ ਨਾ ਕਰ, ਤੁਹਾਡੇ ਸਿਰ ਕੀ ਆਈ ਪਈ ਆ? ਓਏ ਕੋਈ ਚੱਕਰ ਨਹੀਂ, ਚੰਗੇ ਮਰ ਜਾਂਦੇ ਤਾਂ ਹੁੰਦੇ ਰਹਿੰਦੇ ਨੇ, ਬਾਕੀ ਰਹੀ ਗੱਲ ਕਰਾਏ ਦੀ, ਤੈਨੂੰ ਕੀ ਕਿਹਾ ਸਿਰ ਮੁੰਨ ਨਹੀਂ ਪੈਣੀ ਆਉਂਦੀ? ਮੈਂ ਲੰਘ ਗਈ ਜੀ, ਮੁੰਡੇ ਨੇ ਲੇਟ ਕਰਤਾ, ਮਸਾ ਉੱਠਿਆ ਸਵੇਰੇ, ਤੰਗ ਬਹੁਤ ਕਰਦਾ, ਕੀ ਕਰਾਂ, ਮਾੜਾ ਸਮਝਾਓ ਇਹਨੂੰ। ਚੱਲ ਫਿਰ ਐਂ ਕਰੀ, ਜਿਹਦੀ ਬੈਨ ਨਹੀਂ ਆਉਂਦੀ ਤਾਂ ਕੋਈ ਗੱਲ ਨਹੀਂ, ਮੈਂ ਛੱਡ ਜੂ ਨਹੀਂ ਜਾਂਦਾ ਫਿਰ, ਠੀਕ ਹੈ? ਤੂੰ ਉਹਦੀ ਰੋਟੀ ਰਾਟੀ ਪਾ ਦੇ। ਜੇ ਉਹਦਾ ਟਿਫਨ ਦਾ ਮੈਂ ਪਹਿਲਾਂ ਹੀ ਪੈਕ ਕਰਤਾ ਸੀਗਾ। ਠੀਕ ਹੈ, ਆ ਵੀ ਆ ਗਿਆ। ਓਏ ਹੋ ਗਿਆ ਤਿਆਰ? ਚੱਲਦਾ ਪਹਿਲੇ ਆ, ਆ ਝੁੱਗਾ ਵਿੱਚ ਪਾ ਪਹਿਲਾਂ। ਦੇਖ ਲਓ ਹੁਣ ਤਿਆਰ ਕਰਕੇ ਆਈ ਸੀ, ਪਤਾ ਨਹੀਂ ਕੀ ਕਰਦਾ ਕੀ ਨਹੀਂ, ਮਿੰਟਾਂ 'ਚ ਫਿਰ ਸਾਰੀ ਵਰਦੀ ਖਰਾਬ ਕਰ ਲਈ, ਸਕੂਲ ਜਾਣ ਤੋਂ ਪਹਿਲੇ ਸਾਰਾ ਸੱਤਿਆਨਾਸ਼ ਮਾਰ ਦਿੰਦਾ ਹੁੰਦਾ ਹੈ। ਚੱਲ ਮੇਰੇ ਤਾਂ ਦੋ ਬੁਰਕੇ ਰਹਿ ਗਈਆਂ, ਦੇ ਦਾ ਬੈਗ ਕੱਚਾ। ਜਾਂ ਤੇਰੇ ਬੈਗ ਪਿਆ ਚੱਕ, ਨਾਲੇ ਤੁਹਾਨੂੰ ਹੋਰ ਕੁਛ ਚਾਹੀਦਾ ਮੈਂ ਲਿਆ ਦਿੰਦੀ ਹਾਂ। ਨਾ ਨਾ ਬਹੁਤ ਆ, ਬਸ ਆ ਜਾ ਤੇਰੇ ਬੈਗ ਫੜਾ। ਚੱਲ ਓਏ ਇਹਦਾ ਬੈਗ ਕਿੱਥੇ ਆ? ਜੀ ਉਹਦਾ ਮੈਂ ਗੱਡੀ 'ਚ ਰੱਖਤਾ, ਤੇ ਨਾਲ ਧਿਆਨ ਨਾਲ ਉਹਦੇ 'ਚ ਤਰੀ ਵਾਲੀ ਸਬਜ਼ੀ ਕਿਤੇ ਡੋਲ ਦਿਓ। ਚੱਲ ਠੀਕ ਹੈ, ਚੱਲ ਚੰਗਾ ਜੀ, ਆਉਂਦਾ ਮੈਂ ਹਫ਼ਤੇ ਮਾ। ਅੱਛਾ ਜੀ, ਉਹ ਬਾਰੇ ਕੀ ਕਰਦੇ ਹੋ? ਚਲੋ ਚਲੋ ਅੰਦਰ, ਮੇਰੀ ਗੱਲ ਸੁਣਾ, ਮੈਂ ਤੈਨੂੰ ਲੈਣ ਆਊਗਾ ਸਾਰੀ ਛੁੱਟੀ ਵੇਲੇ, ਠੀਕ ਹੈ? ਇੱਥੇ ਆ ਜੀ ਗੱਡੀ ਕੋਲੇ, ਚੱਲ ਵਗ ਜਾ ਕਲਾਸ 'ਚ, ਵਧੀਆ ਪੜ੍ਹਿਆ ਕਰਾਂ। ਹੁਣ ਤਾਂ ਫੋਨ ਵੀ ਚੱਕਣੋਂ ਹਟ ਗਏ, ਲੱਗਦਾ ਘਰ ਜਾਣਾ ਪਊਗਾ।
ਸਾਰੇ ਬੱਚਿਓ ਸਾਰਿਆਂ ਦਾ ਕੰਮ ਪੂਰਾ ਹਾਂਜੀ ਕਰੇ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨਦੇ ਹੁੰਦੇ ਹੋ ਹਾਂਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹੁੰਦੇ ਹੋ ਹਾਂਜੀ ਤੂੰ ਵੀ ਕਰਦੀ ਹੁੰਦੀ ਆ ਕੁੜੀਆ ਹੈ ਦੱਸੋ ਬੇਟਾ ਠੀਕ ਆ ਬੇਟੇ ਹੁਣ ਤੁਹਾਡਾ ਲੰਚ ਬ੍ਰੇਕ ਦਾ ਸਮਾਂ ਹੋ ਗਿਆ ਆਪਣੇ ਆਪਣੇ ਟਿਫਨ ਖੋਲੋ ਤੇ ਖਾਣਾ ਖਾ ਸਕਦੇ ਹੋ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਖੇਡਣਾ ਤੁਸੀਂ ਨੇ ਠੀਕ ਹੈ ਬੇਟੇ ਘਰੇ ਹੈਗਾ ਕੋਈ मकान मालक नूं जवाब देने भी औखा हो फोन करता फोन नहीं चकते अज नहीं आता आ बैठे हुए भी मैनू तनखा तेन खुद ठेका नहीं है ठीक है तुसी दसो तुसी करना आ महीने का किराया देना है जा ना देना है जी देवांगे जी ना देने वाली केड़ी गल है बस माड़ा जा सुनो पता जी प्राइवेट नौकरियां ने कोई अगे पिछे हो जाने पांच सात दिन तनखा हाँ सुनो पता अजकल किवें दिंदे ने देख मैनू कोई चक्कर नहीं गा मेरे लगे किराएदार होर बथेरे ने ठीक है मेरा कोई ना कोई हल करके दो नहीं फिर आपकी टंड पौड़ी चको टंड पौड़ी कौन चुकानी लेके आया मैं अजीत किराया थोड़ा तुम दे दूंगा ਉਹ ਮੈਨੂੰ ਵੀ ਲੋੜ ਸੀ ਮੈਂ ਤਾਂ ਕੀ ਲੈਣ ਆਇਆ ਕੱਤੇ ਰੱਖ ਤੇ ਗਿਆ ਦੇਖੋ ਨਾ ਛੇ ਛੇ ਦਿਓ ਤੁਸੀਂ ਕਰਾਇਆ ਉਹ ਲੱਭ ਰਿਹਾ ਯਾਰ ਮੰਮਾ ਨੇ ਸੰਧਾਰਾ ਬਗਲ ਲੈ ਕੇ ਹੋ ਗਈ ਪੁੱਤ ਤੂੰ ਚੁੱਪ ਕਰ ਜਾ ਦੋ ਮਿੰਟ ਆਪਾਂ ਨਾਨੀ ਕੋਲ ਕਰ ਲਿਆ ਮਾਂ ਨੇ ਚੁੱਪ ਕਰ ਜਾ ਕਹਿਣਾ ਮੈਂ ਨਹੀਂ ਸਾਦੇ ਚਾਣਾ ਮਰੂੰ ਉਹ ਤੁਸ ਤੇ ਇੰਨਾ ਪਿਆਰ ਕਰਦੇ ਤੀ ਜਵਾਬ ਨੂੰ ਕਿਉਂ ਜਵਾਬ ਨੂੰ ਤਾੜੀ ਜਾਣਾ ਇਹਦੀ ਨਾਨੀ ਨੂੰ ਕਹਿ ਦੇ ਜੋ ਸੰਧਾਰਾ
क्यों बई चुप जी हो गए तुसी गल होगी आ किराया फड़ो जी साडा अद्धा मीटर इहदी नानी नूं करदे फोन वो आके दे जूगी इहनूं चीजी नहीं फिर तुसी जायो किहड़े मूंह नाल बगजी उत्थे क्यों ऐ जी की गल हो गई यार किहड़े मूंह नाल बगजी है चलो छोड़ो जी तुसी की पुरानी गल छेड़नियां ने यार बच्चे का जी करता यार मिला लिया नानी नूं तुसी आप बाज जाओ यार जे वो नहीं आ सकती वक्त जाइए बई का दरअसल गल यह है असी इको पिंडों आई तो साढ़ा घर भी आमो सामने से एक दूजे को प्यार करते एक दिन हाथ देखी हूं तक नहीं आया कोठे ते कहना सी चार बजे आ जाऊंगा कोई नहीं आ जान दे तो मैं दसूं देखो भी तो इतने इतने तो नहीं रुकया खड़ा जान के तंग करी जांदा कोई ना मैं बुलाना नहीं हैगा अज मैं तो जानी हूं बस तेन तू तू इत्थे किवें आ ठीक है जी मैं अपने बीम जी मैं मिलने लगे तेरे वास्ते शंप लेके आया चल कद तेरे गमाने पता लग गई मैं जाना तेन उन्होंने कोठे ते चढ़ने देता सारे सुते पे थे मैं आ गया जिन्होंने देख लिया पता गाला पैन गया तेरे पैन गए ना मेनू फसाएगा तू चल ठीक है पता मैं जाना चल चंगा बाय मिलते हैं कल स्कूल जाने टाइम कल सवेरा छेती तैयार हो जाएंगे छेती जाऊंगी स्कूल जाने फिर गल्ला मारते जावांगे हेलो सेमी कित्थे हो तुसी मैं घर सी यार मैनू शाम नू ना 8 बजे मैनू कोठे ते आके मिलियो यार तू घबराई जी क्यों लग रही है की गल होगी यार जो भी गल हुई है ना मैं तेनू तेरे आए थी दसू मैनू ये दस तू आ जाएगा या नहीं ओए मैं तो आ जाऊंगा पर दस तो दे होया की यार जब तेनू मैं कहता ना मैं हुण तेरे नाल कोई गल नहीं करना चाहती ठीक है ना मैनू शाम नू मिल ली बस हूँ फोन कटते चल ठीक है जो सोचे वो तो करना ही पूगा नहीं तो ये नहीं हो सकता कपड़े ने
ਨਾਲੇ ਤੂੰ ਜਾ ਫੋਨ ਤੇ ਕਬਰਾਈ ਹੋਈ ਕਿਉਂ ਗੱਲ ਕਰਦੀ ਸੀ ਮੇਰੀ ਗੱਲ ਸੁਣ ਲੈ ਸੇਬੀ ਅੱਜ ਸਵੇਰ ਨਾ ਸਾਡੇ ਰਿਸ਼ਤੇਦਾਰ ਆਏ ਸੀ ਮੇਰੇ ਰਿਸ਼ਤੇ ਦੀ ਗੱਲ ਕਰਨ ਰਿਸ਼ਤੇ ਦੀ ਗੱਲ ਤੂੰ ਪਾਗਲ ਹੋਈ ਹੈ ਤੂੰ ਮੇਰੇ ਘਰਦੇ ਨਾ ਮੇਰੇ ਵਾਸਤੇ ਰਿਸ਼ਤਾ ਦੇਖ ਰਹੇ ਨੇ ਉਹਨਾਂ ਨੂੰ ਮੁੰਡਾ ਪਸੰਦ ਵੀ ਆ ਗਿਆ ਅੱਛਾ ਤੇ ਫਿਰ ਤੂੰ ਹੁਣ ਚੁੱਪ ਕਰਕੇ ਵਿਆਹ ਕਰਾ ਲਈ ਹੈ ਉਹ ਨਹੀਂ ਤਾਂ ਹੀ ਤਾਂ ਤੈਨੂੰ ਬੁਲਾਇਆ ਮੈਂ ਤਾਂ ਕੱਪੜੇ ਪੈਕ ਕਰ ਲਏ ਮੈਨੂੰ ਲੈ ਚੱਲ ਇੱਥੋਂ ਪਰ ਜੇ ਹੁਣ ਤਾਂ ਕੋਈ ਪੈਸਾ ਤੱਕ ਵੀ ਨਹੀਂ ਹੈਗਾ ਜਾਵਾਂ ਕਿੱਥੇ ਉਹ ਯਾਰ ਕੁਛ ਮਰਜ਼ੀ ਇੰਤਜ਼ਾਮ ਕਰ ਲਾਂਗੇ ਪਰ ਦੇਖ ਮੈਂ ਹੁਣ ਇੱਥੇ ਨਹੀਂ ਰਹਿਣਾ ਮੇਰੇ ਘਰ ਦੇ ਤੈਅ ਕਰ ਸੀ ਚੁੰਨੀ ਚੜਾਵਾ ਕਰਕੇ ਅੱਜ ਹੀ ਤੋਰ ਦਿਓ ਪਰ ਮੈਂ ਹੀ ਕਹਿਤਾ ਵੀ ਮੰਮੀ ਹਲੇ ਮੈਂ ਇੱਕ ਅੱਧਾ ਦਿਨ ਖੜ ਜਾਓ ਹੁਣ ਤੂੰ ਦੱਸ ਕੀ ਕਰਨਾ ਤੇਰੀ ਕੀ ਸਲਾਹ ਐ ਕਰ ਮੇਰਾ ਇੱਕ ਦੋਸਤ ਹੈ ਸ਼ਹਿਰ 'ਚ ਆਪਾਂ ਨੂੰ ਕੁਛ ਟਾਈਮ ਉੱਧਰ ਵੀ ਰਹਿਣਾ ਪਊਗਾ ਫਿਰ ਜੋ ਸੈਟਿੰਗ ਆ ਗਈ ਦੇਖੀ ਜਾਓ ਪਰ ਸੇਵੀ ਅੱਜ ਚੱਕਰੇ ਤੂੰ ਜਾ ਤਾਂ ਰਹੇ ਆਪਾਂ ਪਰ ਹੁਣ ਮੁੜ ਕੇ ਆਪਾਂ ਇੱਥੇ ਨਹੀਂ ਆ ਸਕਦੇ ਯਾਰ ਤੇ ਚੱਲ ਤਾਂ ਠੀਕ ਹੈ ਯਾਰ ਜੋ ਕੁਛ ਹੋਊਗਾ ਦੇਖੀ ਜਾਊਗਾ ਤੂੰ ਹੱਥ ਫੜਾ ਜਾ ਇਹ ਦੇਖ ਬਰਾ ਲੋਗੇ ਓਏ ਆਪ ਤਾਂ ਨਿਕਲ ਜਾਂਦੇ ਹੋ ਪਿੱਛੋਂ ਮਾਂ ਪਿਓ ਦਾ ਕੀ ਹਾਲ ਹੁੰਦਾ ਕਦੇ ਸੋਚਿਆ ਜਰ ਕਿਹੋ ਜਿਹੇ ਇਨਸਾਨ ਹੋ ਤੁਸੀਂ ਆਪਦੀ ਤਾਂ ਜ਼ਿੰਦਗੀ ਖਰਾਬ ਕਰਦੀ ਕਰਦੇ ਹੋ ਨਾਲ ਮਾਂ ਪਿਓ ਦੀ ਕਰਦੇ ਹੋ ਨਾਲ ਚਾਰ ਭਾਈਆਂ ਦੀ ਹੋਰ ਕਰਦੇ ਹੋ ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਤੁਹਾਡੇ ਪਿੱਛੇ ਉਹ ਰਗੜੀ ਜਾਂਦੇ ਨੇ ਆਏ ਵੱਡੇ ਪਿਆਰਾਂ ਵਾਲੇ ਗੱਲ ਤਾਂ ਸਹੀ ਕਹਿ ਗਿਆ ਹੁਣ ਆਪਾਂ ਵੀ ਕੀ ਕਰ ਸਕਦੇ ਹਾਂ ਯਾਰ ਪਤਾ ਨਹੀਂ ਆਪਾਂ ਨਾ ਪਿਆਰ ਚ ਇੰਨੇ ਅੰਨੇ ਕਿਉਂ ਹੋ ਜਾਂਦੇ ਵੀ ਆਪਾਂ ਨੂੰ ਆਪਣੇ ਘਰ ਦੇ ਵੀ ਨਹੀਂ ਦਿਖਦੇ ਇੰਨਾ ਟਾਈਮ ਹੋ ਗਿਆ ਕੀ ਪਤਾ ਮਾਂ ਪਿਓ ਨੇ ਆਪਾਂ ਨੂੰ ਤੱਕ ਮਾਫ਼ੀ ਕਰਤਾ ਆਪਾਂ ਇੱਕ ਵਾਰ ਨਹੀਂ ਮੁੜ ਕੇ ਦੇਖਿਆ ਉਹਨਾਂ ਵੱਲ ਮੈਨੂੰ ਲੱਗਦਾ ਆਪਾਂ ਨੂੰ ਹੁਣ ਜਾਣਾ ਚਾਹੀਦਾ ਇੱਕ ਵਾਰੀ ਤਾਂ ਜਾ ਕੇ ਉਹਨਾਂ ਨਾਲ ਗੱਲ ਕਰਕੇ ਦੇਖੀਏ ਕਿੰਨਾ ਕੁ ਟਾਈਮ ਮਾਂ ਪਿਓ ਉਹਦੇ ਬੱਚੇ ਤੋਂ ਗੁੱਸਾ ਰਹਿ ਰਹਿਣਗੇ ਨਾਲੇ ਯਾਰ ਆਪਾਂ ਤਾਂ ਜਿਹੜੀ ਗਲਤੀ ਹੋਈ ਹੋਈ ਆਪਾਂ ਸਮਾਜ ਦੇ ਵਿੱਚੋਂ ਇਹਦਾ ਕਿਉਂ ਰਿਸ਼ਤਾ ਖਤਮ ਕਰਦੇ ਹਾਂ ਇਹਨੂੰ ਤਾਂ ਇਹਦੇ ਨਾਨਾ ਨਾਨੀ ਨਾਲ ਮਿਲਾ ਦਿੰਦੇ ਹਾਂ ਨਾ ਉਹੀ ਗੱਲ ਹੈ ਜੀ ਨਾਲੇ ਆਪਣਾ ਕੋਈ ਹੱਕ ਨਹੀਂ ਹੈਗਾ ਇਹਦੇ ਤੋਂ ਇਹਦੇ ਨਾਨਕੇ ਦਾਦਕਿਆਂ ਦਾ ਪਿਆਰ ਖੋਣ ਦਾ ਇਹਦਾ ਵੀ ਹੱਕ ਬਣਦਾ ਉਹਨਾਂ ਨੂੰ ਮਿਲਣ ਦਾ ਉਹਨਾਂ ਦਾ ਪਿਆਰ ਲੈਣ ਦਾ ਆਪਣੇ ਕਰਕੇ ਨਾ ਅਜੇ ਵੀ ਵਾਂਝਾ ਰਹਿ ਗਿਆ ਉਹ ਪਿਆਰ ਤੋਂ ਤੂੰ ਸੱਚ ਕਹਿੰਦੀ ਹੈ ਯਾਰ ਚੱਲ ਜੋ ਮਰਜ਼ੀ ਹੋਵੇ ਇੱਕ ਵਾਰ ਤਾਂ ਆਪਾਂ ਮਿਲ ਕੇ ਆਵਾਂਗੇ ਜੋ ਹੋਊ ਦੇਖੀ ਜਾਊਗਾ ਦੇਖੀ ਜਾਊਗਾ ਹਾਂਜੀ ਦੋਸਤੋ ਕੀ ਹਾਲ ਨੇ ਸਾਰਿਆਂ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤਾਂ ਤੁਹਾਨੂੰ ਵੀਡੀਓ ਦੇਖੀ ਤਾਂ ਦੱਸਿਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਕਰਿਓ ਲਾਈਕ ਅਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਦਿਓ ਵੱਧ ਤੋਂ ਵੱਧ ਪਿਆਰ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ।